ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 6 ਤਰੀਕ ਦਿਨ ਸ਼ਨੀਵਾਰ ਛੁੱਟੀ ਵਾਲੇ ਦਿਨ ਇੰਤਕਾਲ ਕਰਨ ਦੇ ਲਈ ਸਪੈਸ਼ਲ ਕੈਂਪ ਲਗਾਉਣ ਦਾ ਜਿਹੜਾ ਐਲਾਨ ਆ ਕੀਤਾ ਗਿਆ। ਜਿਹੜੇ ਲੋਕਾਂ ਦੇ ਪਹਿਲਾਂ ਇੰਤਕਾਲ ਨਹੀਂ ਹੋਏ ਹੋਏ ਜਾਂ ਕਾਫੀ ਲੰਬੇ ਜਿਹੜੇ ਇੰਤਕਾਲ ਨੇ, ਲੋਕਾਂ ਦੇ ਫਸੇ ਪਏ ਨੇ, ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਤਾਂ ਉਸ ਤੋਂ ਬਾਅਦ ਹੁਣ ਸਪੈਸ਼ਲ ਹਰ ਇੱਕ ਤਹਿਸੀਲ ਦੇ ਵਿੱਚ ਕੈਂਪ ਲੱਗਣਗੇ। ਪਟਵਾਰੀ ਸਾਹਿਬਾਨ ਖੁਦ ਜਾ ਕੇ ਉੱਥੇ ਬੈਠਣਗੇ, ਅਫਸਰ ਖੁਦ ਬੈਠਣਗੇ, ਅਤੇ ਲੋਕਾਂ ਦੇ ਜਿਹੜੇ ਇੰਤਕਾਲ ਫਸੇ ਹੋਏ ਨੇ ਜਾਂ ਕਈ ਰੌਲਿਆਂ ਕਰਕੇ ਜਿਹੜੇ ਇੰਤਕਾਲ ਫਸੇ ਹੋਏ ਨੇ, ਤਾਂ ਉਹਨਾਂ ਦਾ ਨਿਪਟਾਰਾ ਜਿਹੜਾ ਹੈਗਾ ਉਸੇ ਜਗ੍ਹਾ ਦੇ ਉੱਪਰ ਕੀਤਾ ਜਾਊਗਾ। ਇਸ ਵਕਤ ਸੰਗਰੂਰ ਦੇ ਫਰਦ ਕੇਂਦਰ ਦੇ ਵਿੱਚ ਮੌਜੂਦ ਹਾਂ, ਪਟਵਾਰੀ ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਕਿ ਅਸਲ ਤਰੀਕਾ ਕੀ ਆ ਕੈਂਪ ਦੇ ਵਿੱਚ, ਉਹਨਾਂ ਦੇ ਵੱਲੋਂ ਕੀ ਕਾਰਗੁਜ਼ਾਰੀ ਕੀਤੀ ਜਾਊਗੀ ਤਾਂ ਕਿਸ ਤਰੀਕੇ ਨਾਲ ਲੋਕਾਂ ਦੇ ਨਿਪਟਾਰੇ ਕੀਤੇ ਜਾਣਗੇ। ਬਾਈ ਜੀ, ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਮਨਦੀਪ ਸਿੰਘ ਜੀ। ਮਨਦੀਪ ਸਿੰਘ ਜੀ, CM ਸਾਹਿਬ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਕੱਲ੍ਹ ਨੂੰ ਸਪੈਸ਼ਲ ਜਿਹੜੇ ਕੈਂਪ ਲਗਾ ਕੇ ਲੋਕਾਂ ਦੇ ਇੰਤਕਾਲ ਕੀਤੇ ਜਾਣਗੇ, ਤਾਂ ਉਸ ਤਰੀਕੇ ਨੂੰ ਕਿਵੇਂ ਦੇਖਦੇ ਹੋ, ਕਿਸ ਤਰੀਕੇ ਦੀ ਕੱਲ੍ਹ ਕਾਰਗੁਜ਼ਾਰੀ ਹੋਊਗੀ, ਕੀ ਤੁਹਾਨੂੰ ਹੁਕਮ ਆਏ ਨੇ ਵੀ ਕਿਸ ਤਰੀਕੇ ਨਾਲ ਕੈਂਪਾਂ ਦੇ ਵਿੱਚ ਕੰਮ ਕਰਨਾ, ਅਤੇ ਉਹ ਕੈਂਪਾਂ ਦੇ ਵਿੱਚ ਅਸਲ ਕਰੀਏ ਤਾਂ ਇੰਤਕਾਲ ਜਿਹੜੇ ਹੈਗੇ ਨੇ ਉਹਦਾ ਪ੍ਰੋਸੈਸ ਕੀ ਹੁੰਦਾ ਸਾਰਾ, ਉਹ ਜਾਣਨਾ ਚਾਹਾਂਗੇ। ਜੀ ਜੀ ਬਿਲਕੁਲ, CM ਸਾਹਿਬ ਜੀ ਦੇ ਹੁਕਮਾਂ ਦੇ ਨਾਲ ਜਿਹੜੇ ਅਸੀਂ ਇੰਤਕਾਲ ਦਰਜ ਕਰ ਰਹੇ ਹਾਂ ਹੁਣ, ਜਿਹੜੇ ਪੈਂਡਿੰਗ ਰਹਿੰਦੇ ਆ ਸਾਡੇ ਵਸੀਕੇ, ਵੈਸੇ ਇਹਦਾ ਟਾਈਮ ਹੁੰਦਾ 45 ਦਿਨ ਦਾ, ਉਹਦੇ ਵਿੱਚ ਅਸੀਂ ਇਹਨਾਂ ਨੂੰ ਲਗਭਗ ਕਰਦੇ ਹਾਂ, ਪਰ ਜੋ CM ਸਾਹਿਬ ਦੇ ਆਪਣੇ ਨਿਰਦੇਸ਼ ਹੋਏ ਨੇ ਉਹਨਾਂ ਦੇ ਅਕੋਰਡਿੰਗ 6 ਤਰੀਕ ਨੂੰ ਇਹਨਾਂ ਨੇ ਪੈਂਡੈਂਸੀ ਕਲੀਅਰ ਕਰਨ ਨੂੰ ਕਿਹਾ ਸਰ ਨੇ, ਤਾਂ ਅਸੀਂ ਇਹ ਸਾਰੇ ਅੱਜ ਵਸੀਕੇ ਕਲੀਅਰ ਕਰ ਰਹੇ ਹਾਂ, ਦਰਜ ਕਰ ਰਹੇ ਹਾਂ ਪਟਵਾਰੀ ਵੱਲੋਂ। ਉਹ ਤੋਂ ਬਾਅਦ ਅਸੀਂ ਇਹਨਾਂ ਦਾ ਮੁਕਾਬਲਾ ਪ੍ਰਿੰਟ ਲੈ ਕੇ ਮੁਕਾਬਲਾ ਕਰਾਵਾਂਗੇ ਆਪਣੇ ਕਾਨਗੋ ਸਾਹਿਬ ਤੋਂ, ਅਤੇ ਉਹਨਾਂ ਦੀ ID 'ਚੋਂ ਕਢਾ ਕੇ ਫਿਰ ਅਸੀਂ ਤਹਿਸੀਲਦਾਰ ਸਾਹਿਬ ਅੱਗੇ ਕੱਲ੍ਹ ਪੇਸ਼ ਕਰਾਂਗੇ, ਅਤੇ ਜਿਸ ਉਸ ਤੋਂ ਬਾਅਦ ਉਹ ਫੈਸਲਾ ਕਰਨਗੇ ਉਹਨਾਂ ਦਾ। ਮਨਦੀਪ ਜੀ, ਇੱਕ ਹੋਰ ਚੀਜ਼ ਜਾਣਨਾ ਚਾਹਾਂਗੇ, ਪਹਿਲਾਂ ਜਿਹੜੇ ਇੰਤਕਾਲ ਹੁੰਦੇ ਸੀ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਭਕਾਈ ਦਾ ਕੰਮ ਕਿਹਾ ਜਾਂਦਾ ਸੀ, ਵੀ ਪਟਵਾਰੀਆਂ ਦੇ ਆਪਾਂ ਕੋਲੇ ਗਏ ਤਾਂ ਬਹੁਤ ਜ਼ਿਆਦਾ ਭਕਾਈ ਹੁੰਦੀ ਆ, ਪਰ ਹੁਣ ਸਾਰਾ ਆਨਲਾਈਨ ਪ੍ਰੋਸੈਸ ਹੋ ਗਿਆ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਰੀ ਆਨਲਾਈਨ ਤੁਹਾਡਾ ਕੰਪਿਊਟਰ ਦੇ ਵਿੱਚ ਤੁਹਾਡੀ ਕਿਊ ਬਣ ਜਾਂਦੀ, ਅੱਗੇ ਦੀ ਅੱਗੇ ਜਾ ਕੇ ਵੈਰੀਫਾਈ ਕਰਕੇ ਨਿਕਲਦਾ, ਤਾਂ ਇਹ ਪ੍ਰੋਸੈਸ ਥੋੜ੍ਹਾ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿ ਹੁਣ ਆਸਾਨ ਤਰੀਕੇ ਨਾਲ ਕੰਮ ਕਿਵੇਂ ਹੁੰਦਾ? ਜੀ, ਜਿਹੜਾ ਇਹ ਆ ਜੀ ਪ੍ਰੋਸੈਸ ਹੈ ਹੁਣ ਆਨਲਾਈਨ ਹੋ ਗਿਆ, ਜਦੋਂ ਦਾ ਰਿਕਾਰਡ ਡੇ ਬਾਏ ਡੇ ਵਧੀਆ ਹੋ ਰਿਹਾ ਹੈ, ਕਿਤੇ ਨਾ ਕਿਤੇ ਸੁਧਾਰ ਆ ਰਿਹਾ ਬਹੁਤ। ਜਿੱਦਾਂ ਹੁਣ ਇਹ ਮੇਰੇ ਕੋਲ ਵਸੀਕਾ ਹੈ ਜੀ ਰਜਿਸਟਰੀ ਹੋ ਕੇ, ਤਾਂ ਉਸ ਤੋਂ ਬਾਅਦ ਇਹ ਵਸੀਕਾ ਅਸੀਂ ਇਹਨੂੰ ਦਰਜ ਕਰਦੇ ਹਾਂ ਆਪਦੇ ID 'ਚੋਂ, ਅਤੇ ਅਸੀਂ ਪ੍ਰਿੰਟ ਲੈਂਦੇ ਹਾਂ ਫਰਦ ਕੇਂਦਰ ਤੋਂ। ਠੀਕ ਹੈ, ਫਰਦ ਕੇਂਦਰ ਤੋਂ ਪ੍ਰਿੰਟ ਲੈ ਕੇ ਅਸੀਂ ਇਹਨੂੰ ਚੈੱਕ ਕਰਦੇ ਹਾਂ ਆਪਦੇ ਮਾਰਕ ਕਾਰਡ ਨਾਲ। ਮਾਰਕ ਕਾਰਡ ਨਾਲ ਚੈੱਕ ਕਰਨ ਤੋਂ ਬਾਅਦ ਅਸੀਂ ਇਹਨੂੰ ਇੱਥੇ ਆਪਦੇ ਸਾਈਨ ਕਰਕੇ ਉਹ ਤੋਂ ਬਾਅਦ ਆਪਣਾ ਕਾਨਗੋ ਸਾਹਿਬ ਅੱਗੇ ਪੇਸ਼ ਕਰਦੇ ਹਾਂ। ਠੀਕ ਹੈ, ਕਾਨਗੋ ਸਾਹਿਬ ਸਾਰੇ ਇੰਤਕਾਲ ਨਾਲ ਮੁਕਾਬਲਾ ਕਰਦੇ ਨੇ, ਮਾਰਕ ਕਾਰਡ ਨਾਲ ਚੈੱਕ ਕਰਦੇ ਆ ਸਾਰਾ ਉਹ, ਫਿਰ ਉਹ ਆਪਦੀ ID 'ਚੋਂ ਵੀ ਅੱਗੇ ਤਹਿਸੀਲਦਾਰ ਸਾਹਿਬ ਦੀ ID 'ਚ ਕੱਢ ਦਿੰਦੇ ਆ, ਅਤੇ ਫਿਰ ਤਹਿਸੀਲਦਾਰ ਸਾਹਿਬ ਅੱਗੇ ਪੇਸ਼ ਕਰਦੇ ਹਾਂ ਅਸੀਂ ਇਹਨਾਂ ਨੂੰ। ਤਹਿਸੀਲਦਾਰ ਸਾਹਿਬ ਦੇ ਅਕੋਰਡਿੰਗ ਜੋ ਉਹਨਾਂ ਦਾ ਫੈਸਲਾ ਹੁੰਦਾ, ਮਨਜ਼ੂਰ ਕਰਨਾ, ਨਾ ਮਨਜ਼ੂਰ ਕਰਨਾ ਜਾਂ ਮੁਤਨਾਜ਼ਾ ਕਰਨਾ, ਜੋ ਫੈਸਲਾ ਹੁੰਦਾ ਉਸ ਅਕੋਰਡਿੰਗ ਉਹਨਾਂ ਦਾ ਫੈਸਲਾ ਕੀਤਾ ਜਾਂਦਾ, ਪੂਰਾ ਵੈਰੀਫਾਈ ਕਰਕੇ, ਅਗਰ ਕੋਈ ਕਮੀ ਪੇਸ਼ੀ ਲੱਗਦ੾ ਤਾਂ ਰਿਜੈਕਟ ਵੀ ਹੋ ਜਾਂਦਾ? ਜੀ ਬਿਲਕੁਲ ਬਿਲਕੁਲ ਬਿਲਕੁਲ, ਰਿਜੈਕਟ ਵੀ ਹੁੰਦਾ, ਨਾ ਮਨਜ਼ੂਰ ਵੀ ਹੁੰਦੇ ਆ ਨਾ ਉਹ 'ਚ ਜੋ ਕੋਈ ਕਮੀ ਪੇਸ਼ੀ ਹੁੰਦੀ ਹੈ। ਤਾਂ CM ਸਾਹਿਬ ਨੇ ਪੈਨੈਸੀ ਕਲੀਅਰ ਕਰਨ ਨੂੰ ਕਿਹਾ, ਤਾਂ ਤੁਹਾਡੇ ਕੋਲ ਕਿੰਨੀ ਕੁ ਪੈਨੈਸੀ ਬਚੀ ਪਈ ਆ ਜਾਂ ਪੈਨੈਸੀ ਦੇ ਕਾਰਨ ਕੀ ਲੱਗਦੇ ਨੇ? ਨਹੀਂ, ਸੰਗਰੂਰ ਡਿਸਟ੍ਰਿਕਟ ਦੀ ਮੇਰੇ ਹਿਸਾਬ ਨਾਲ ਸੰਗਰੂਰ ਤਹਿਸੀਲ ਦੀ ਤਾਂ ਪੈਨੈਸੀ ਬਹੁਤ ਘੱਟ ਹੈ। ਪੈਨੈਸੀ ਇਹ ਕਹਿ ਦਿੰਦੇ ਆਪਾਂ ਕਿ ਜਿੱਦਾਂ ਹੁਣ 45 ਦਿਨ ਦਾ ਸਮਾਂ, ਉਹਦੇ ਵਿੱਚ ਆਲਮੋਸਟ ਹੋ ਜਾਂਦੀ ਹੈ ਕਲੀਅਰ, ਨਹੀਂ ਰਹਿੰਦੇ ਕੋਈ, ਅਗਰ ਰਹਿ ਜਾਂਦਾ ਤਾਂ ਉਹਦਾ ਕੋਈ ਮਤਲਬ ਕੋਈ ਲੜਾਈ ਝਗੜਾ ਹੁੰਦਾ ਜਾਂ ਉਹਦੀ ਐਪਲੀਕੇਸ਼ਨ ਆਈ ਹੁੰਦੀ ਆ, ਕੋਈ ਮਤਲਬ ਉਹ ਕੋਰਟ ਫੈਸਲਾ ਹੁੰਦਾ ਜਾਂ ਕੋਈ ਲੋਨ ਖੜਾ ਹੁੰਦਾ, ਕੁਛ ਇਹੋ ਜਿਹੀ ਚੀਜ਼ ਹੁੰਦੀ ਆ, ਇੱਦਾਂ ਦੇ ਕਈ ਚੀਜ਼ਾਂ ਆ ਜਾਂਦੀਆਂ ਸਾਹਮਣੇ ਕਿ ਹਾਂ ਵਸੀਅਤ ਤੋਂ ਬਾਅਦ ਕੋਈ ਦੂਜਾ ਭਾਈ ਜਾ ਕੇ ਆਪਣਾ ਕਿਤੇ ਨਾ ਕਿਤੇ ਉਹਦੇ ਉੱਪਰ ਆਪਣਾ ਹੱਕ ਜਤਾਉਂਦਾ, ਜਾਂ ਕਈ ਵਾਰ ਕੋਰਟ ਦੇ ਵਿੱਚ ਤਾਂ ਉਹ ਚੀਜ਼ਾਂ ਰਹਿ ਜਾਂਦੀਆਂ ਨੇ, ਜਾ ਜੋ ਮਾਲਕ ਕਾਰਡ ਦੇ ਨਾਲ ਮੇਲ ਨਹੀਂ ਖਾਂਦਾ ਤਾਂ ਉਹ ਕਿਤੇ ਨਾ ਕਿਤੇ ਉਹ ਫਿਰ
ਜਾਂ ਮਤਨਾਜ਼ 'ਤੇ ਆਉਂਦੇ ਆ ਜਾਂ ਫਿਰ ਉਹਨੂੰ ਥੋੜ੍ਹਾ ਟਾਈਮ ਲੱਗਦਾ, ਉਸ ਕਰਕੇ ਅੰਤਕਾਲ ਰਹਿਣ ਦੇ, ਅਦਰਵਾਈਜ਼ ਜੇ ਕੋਈ ਪ੍ਰੋਬਲਮ ਨਹੀਂ ਆ ਉਦਾਂ ਫਿਰ ਡੇ ਬਾਏ ਡੇ ਮਤਲਬ ਜਿੱਦਾਂ ਰੂਟੀਨ ਆ ਉਵੇਂ ਕਲੀਅਰ ਹੋਈ ਜਾਂਦੇ ਆ। ਤਾਂ ਜਿਹੜੇ ਸਪੈਸ਼ਲ ਕੈਂਪ ਲੱਗਣਗੇ ਉੱਥੇ ਦਾ ਇਹ ਇੱਦਾਂ ਦੇ ਮਸਲੇ ਵੀ ਕਲੀਅਰ ਹੋਣ ਦਾ ਕਿਤੇ ਚਾਂਸ ਜ਼ਿਆਦਾ ਹੋਣਗੇ, ਕਿਉਂਕਿ ਆਫਿਸਰ ਸਾਹਿਬਾਨ ਸਾਰੇ ਬੈਠੇ ਹੋਣਗੇ, ਤਾਂ ਦੋਨੇ ਧਿਰਾਂ ਨੂੰ ਸਮਝਾ ਕੇ ਅਗਰ ਮੌਕੇ 'ਤੇ ਵੀ ਨਿਬੇੜ ਕੇ ਇੰਤਕਾਲ ਹੋ ਜਾਣਗੇ ਤਾਂ ਪਨੈਸੀ ਜਿਹੜੀ ਹੈਗੀ ਆ ਲੱਗਦਾ ਕਲੀਅਰ ਹੋ ਜੂ ਸਾਰੇ। ਜੀ ਜੀ ਬਿਲਕੁਲ ਜੀ ਬਿਲਕੁਲ, ਸਾਡੀ ਤਾਂ ਇਹੀ ਆਪਣੀ ਉਮੀਦ ਹੁੰਦੀ ਹੈ ਕਿ ਅਸੀਂ ਹੁਣ ਜਿੱਦਾਂ ਸਾਰੇ ਦਰਜ ਕਰ ਲਏ ਆ ਕਿ ਕੱਲ੍ਹ ਨੂੰ ਜਿੰਨੇ ਦਰਜ ਕੀਤੇ ਤਾਂ ਉਹਨਾਂ ਦਾ ਫੈਸਲਾ ਕਰਵਾ ਦਿੱਤਾ ਜਾਵੇ, ਤਾਂ ਮਤਲਬ ਲੋਕਾਂ ਨੂੰ ਵੀ ਨਾ ਪ੍ਰੋਬਲਮ ਆਵੇ ਕੋਈ, ਅਤੇ ਜੋ ਆਪਣੇ ਸੀਐਮ ਸਾਹਿਬ ਦੇ ਹੁਕਮ ਨੇ ਉਹਨਾਂ ਦੇ ਅਕੋਰਡਿੰਗ ਅਟੈਂਡੈਂਸ ਵੀ ਕਲੀਅਰ ਹੋ ਜਾਵੇ ਆਪਣੀ। ਬਿਲਕੁਲ, ਪੰਜਾਬ ਸਰਕਾਰ ਦੇ ਵੱਲੋਂ ਹੁਣ ਸਪੈਸ਼ਲ ਜਿਹੜਾ ਤੋਹਫਾ ਹੈਗਾ ਉਹ ਦਿੱਤਾ ਜਾ ਰਿਹਾ, ਛੁੱਟੀ ਵਾਲੇ ਦਿਨ ਜਿਹੜੇ ਹੈਗੇ ਨੇ ਸਾਰੇ ਮੁਲਾਜ਼ਮ ਆਫਿਸਰ ਸਾਹਿਬਾਨ ਇੱਕ ਜਗ੍ਹਾ ਦੇ ਉੱਪਰ ਕੈਂਪ ਲਗਾ ਕੇ ਜਿਹੜੇ ਜਿੰਨੇ ਵੀ ਪਨੈਸੀ ਹੈਗੀ ਇੰਤਕਾਲਾਂ ਦੀ, ਜਿਨ੍ਹਾਂ ਦੇ ਵੀ ਕੋਈ ਲੜਾਈ ਝਗੜੇ ਨੇ ਜਾਂ ਹਰ ਇੱਕ ਚੀਜ਼ ਨੂੰ ਮੌਕੇ ਦੇ ਉੱਪਰ ਜਿਹੜਾ ਹੈਗਾ ਨਿਪਟਾ ਕੇ ਲੋਕਾਂ ਦੇ ਇੰਤਕਾਲ ਜਿਹੜੇ ਹੈਗੇ ਨੇ ਉਹ ਕਰਵਾਏ ਜਾਣਗੇ। ਚਰਨਜੀਵ ਕੌਸ਼ਲ ਸੰਗਰੂਰ ਤੋਂ, ਨਿਊਜ਼ 18 ਪੰਜਾਬ।